ਅਮ ਏਸ਼ੀਆ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਵਰਨ ਸਿੰਘ ਟੈਣ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਖਬਰ ਸਾਰ ਲੈ ਕੇ ਹਾਜ਼ਰ ਹਾਂ ਦੋਸਤੋ ਯੋਗਿੰਦਰ ຢਾਦਵ ਤੇ ਪ੍ਰਸ਼ਾਂਤ ਪੂਸ਼ਣ ਦੀ ਬੇਸ਼ੱਕ ਆਮ ਆਦਮੀ ਪਾਰਟੀ ਦੇ ਨਾਲ ਵਿਚਾਰ ਧਾਰਕ ਤੌਰ 'ਤੇ ਉੱਤੇ ਕੁਝ ਸਾਂਝ ਨਾ ਰਹੀ ਹੋਵੇ ਪਰ ਜਿਹੜੇ ਲੋਕ ਭਾਰਤੀ ਸਿਆਸਤ ਦੇ ਵਿੱਚ ਡੂੰਗੀ ਦਿਲਚਸਪੀ ਰੱਖਦੇ ਨੇ ਜਾਂ ਜਿਹੜੇ ਲੋਕ ਇਹ ਸੋਚਦੇ ਨੇ ਕਿ ਕਿਸੇ ਵੀ ਪਾਰਟੀ ਦੇ ਥਿੰਕ ਟੈਂਕ ਦੋ ਚਾਰ ਜਣੇ ਹੀ ਹੁੰਦੇ ਨੇ ਉਹਨਾਂ ਨੂੰ ຢਾਦਵ ਦੇ ਉੱਤੇ ਵੀ ਮਾਨ ਹੈ ਤੇ ਪੂਸ਼ਣ ਦੇ ਉੱਤੇ ਵੀ ਮਾਨ ਹੈ ਆਮ ਆਦਮੀ ਪਾਰਟੀ ਬੇਸ਼ੱਕ ਅੱਜ ਆਪਣੇ ਖੰਭਾਂ ਦੇ ਉੱਤੇ ਉੱਡ ਰਹੀ ਹੈ ਪਰ ਕਿਸੇ ਵਕਤ ਯੋਗਿੰਦਰ ਯਾਦਵ ਤੇ ਪ੍ਰਸ਼ਾਂਤ ਪੂਸ਼ਣ ਨੇ ਇਸ ਪਾਰਟੀ ਨੂੰ ਆਪਣੇ ਖੰਭਾਂ ਦੇ ਉੱਤੇ ਉਡਾਰੀ ਭਰਨੀ ਸਿਖਾਈ ਸੀ ਇਸ ਪਾਰਟੀ ਦੇ ਪੈਰ ਪੱਕੇ ਕਰਨ ਦੇ ਵਿੱਚ ਵੱਡਾ ਯੋਗਦਾਨ ਪਾਇਆ ਸੀ ਇਹ ਗੱਲ ਵੱਖਰੀ ਹੈ ਕਿ ਬਾਅਦ ਦੇ ਵਿੱਚ ਵਿਚਾਰਧਾਰਕ મતਭੇਦ ਪੈਦਾ ਹੋਏ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਪਰ ਅੱਜ ਤੱਕ ਮੈਂ ਨਿੱਜੀ ਤੌਰ ਦੇ ਉੱਤੇ ਵੀ ਇਸ ਗੱਲ ਦੇ ਉੱਤੇ ਬੜਾ ਪ੍ਰਭਾਵਤਾਂ ਕਿ ਨਾ ਕਦੇ ਯੋਗਿੰਦਰ ਯਾਦਵ ਨੇ ਤੇ ਨਾ ਹੀ ਕਦੇ ਪ੍ਰਸ਼ਾਂਤ ਪੂਸ਼ਣ ਨੇ ਬਹੁਤਾ ਕੇਜਰੀਵਾਲ ਦੇ ਖਿਲਾਫ ਨਹੀਂ ਬੋਲਿਆ हां ਜਦੋਂ ਉਹਨਾਂ ਦੇ ਵੱਲੋਂ ਕੋਈ ਵੱਡਾ ਫੈਸਲਾ ਕੀਤਾ ਜਾਂਦਾ ਦਿੱਲੀ ਦੀ ਸਰਕਾਰ ਦੇ ਵੱਲੋਂ ਜਿਹਦੇ ਉੱਤੇ ਕਿੰਤੂ ਕੀਤੀ ਜਾ ਸਕਦੀ ਹੋਵੇ ਉਦੋਂ ਭੂਸ਼ਣ ਤੇ Yadav ਦੋਵੇਂ ਜਾਣੇ ਦੋ ਚਾਰ ਸ਼ਬਦ ਬੋਲਦੇ ਨੇ ਤੇ ਗੱਲ ਆਈ ਗਈ ਹੋ ਜਾਂਦੀ ਹੈ ਨਾ ਤਾਂ ਕਦੇ ਇਹਨਾਂ ਨੇ ਛੋਟੇ ਪਰਵੰਗ ਪਾਣੀ ਪੀਪੀ ਕੇ ਨਿੰਦਿਆ ਆਮ ਆਦਮੀ ਪਾਰਟੀ ਨੂੰ ਨਾ ਹੀ ਕਦੇ ਹੋਰ ਉਹਨਾਂ ਲੋਕਾਂ ਦੇ ਵਾਂਗ ਨਿੰਦਿਆ ਜਿਨ੍ਹਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ ਤਾਜ਼ਾ ਖਬਰ ਇਹ ਪ੍ਰਾਪਤ ਹੋਈ ਹੈ ਕਿ ਯੋਗਿੰਦਰ যাদਬ ਤੇ ਪ੍ਰਸ਼ਾਂਤ ਪੂਸ਼ਣ ਨੇ ਆਪਣੀ ਨਵੀਂ ਪਾਰਟੀ ਦਾ ਗਠਨ ਕਰ ਲਿਆ ਹੈ ਸਵਰਾਜ ਅਭਿਆਨ ਇਹਨਾਂ ਵੱਲੋਂ ਪਹਿਲਾਂ ਹੀ ਚਲਾਇਆ ਜਾ ਰਿਹਾ ਸੀ ਪਿਛਲੇ ਕਾਫੀ ਸਮੇਂ ਤੋਂ ਹੁਣ ਇਹਨਾਂ ਨੇ ਸਵਰਾਜ ਇੰਡੀਆ ਨਾਂ ਦੀ ਇੱਕ ਪਾਰਟੀ ਦਾ ਗਠਨ ਕੀਤਾ ਹੈ ਇਹ ਪਾਰਟੀ ਪ੍ਰਵੇਖ ਦੇ ਵਿੱਚ ਕੀ ਕਰੇਗੀ ਕਿ 2017 ਦੀਆਂ ਚੋਣਾਂ ਦੇ ਵਿੱਚ ਇਹ ਪਾਰਟੀ ਵੀ ਆਮ ਆਦਮੀ ਪਾਰਟੀ ਦਾ ਨੁਕਸਾਨ ਖੜਾ ਕਰਨ ਲਈ ਬਣਾਈ ਗਈ ਹੈ ਕਿ ਇਹ ਪਾਰਟੀ ਲੋਕਾਂ ਦਾ ਭਰੋਸਾ ਜਿੱਤ ਸਕੇਗੀ ਕਿ 117 ਸੀਟਾਂ ਦੇ ਉੱਤੇ ਉਮੀਦਵਾਰ ਖੜੇ ਕਰੇਗੀ ਜਾਂ ਇਹ ਸਿਰਫ ਰਿਹੈਸਲ ਦੇ ਤੌਰ ਦੇ ਉੱਤੇ ਪਾਰਟੀ ਬਣਾਈ ਗਈ ਹੈ ਇਹ ਗੱਲਾਂ ਵਕਤ ਦੇ ਨਾਲ ਜੁੜੀਆਂ ਹੋਈਆਂ ਨੇ ਹੌਲੀ-ਹੌਲੀ ਇਨ੍ਹਾਂ ਗੱਲਾਂ ਦੇ ਇਨ੍ਹਾਂ ਸਵਾਲਾਂ ਦੇ ਜਵਾਬ ਆਪਣੇ ਆਪ ਲੋਕਾਂ ਦੇ ਮੂਹਰੇ ਵਕਤ ਪਾ ਕੇ ਆਉਣੇ ਸ਼ੁਰੂ ਹੋ ਜਾਣਗੇ ਪਰ ਖਬਰ ਕੀ ਬਿਆਨ ਕਰਦੀ ਹੈ ਉਸ ਦਾ ਵਿਰਵਾ ਇਸ ਤਰੀਕੇ ਨਾਲ ਕਿ ਆਮ ਆਦਮੀ ਪਾਰਟੀ ਦੇ ਬਰਖਾਸਤ ਆਗੂਆਂ ਯੋਗਿੰਦਰ ਯਾਦਵ ਤੇ ਪ੍ਰਸ਼ਾਂਤ ਪੂਸ਼ਣ ਨੇ ਦਿੱਲੀ ਵਿੱਚ ਨਵੀਂ ਪਾਰਟੀ ਸਵਰਾਜ ਇੰਡੀਆ ਦੇ ਗਠਨ ਦਾ ਐਲਾਨ ਕੀਤਾ ਹੈ ਪਿਛਲੇ ਸਾਲ ਆਮ ਆਦਮੀ ਪਾਰਟੀ ਵਿੱਚੋਂ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਦੋਵਾਂ ਮੋਢੀ ਆਗੂਆਂ ਨੂੰ ਬਰਖਾਸਤ ਕੀਤਾ ਗਿਆ ਸੀ ਨਵੇਂ ਬਣੇ ਪ੍ਰਧਾਨ ਨੇ ਸਵਰਾਜ ਇੰਡੀਆ ਰਾਹੀਂ ਸਿਆਸਤ ਵਿੱਚ ਬਦਲ ਦਾ ਹੌਕਾ ਦਿੰਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਭਾਰਤ ਦੀ ਇਕਲੌਤੀ ਸਿਆਸੀ ਪਾਰਟੀ ਹੈ ਜੋ ਸੂਚਨਾ ਦੇ ਅਧਿਕਾਰ ਭਾਵ ਆਰਟੀਆਈ ਨੂੰ ਸਿਆਸੀ ਪਾਰਟੀਆਂ ਉੱਤੇ ਲਾਗੂ ਕਰਨ ਦੇ ਹੱਕ ਵਿੱਚ ਹੈ ਤੇ ਇਸ ਲਈ ਪਾਰਟੀ ਸੂਚਨਾ ਅਧਿਕਾਰੀ ਵੀ ਨਿਯੁਕਤ ਕਰੇਗੀ ਆਮ ਆਦਮੀ ਪਾਰਟੀ ਦੇ ਪੁਰਾਣੇ ਤਜਰਬਿਆਂ ਨੂੰ ਧਿਆਨ ਵਿੱਚ ਰੱਖਦਿਆਂ ਸਵਰਾਜ ਇੰਡੀਆ ਨੇ ਪਾਰਟੀ ਦੇ ਸੰਵਿਧਾਨ ਅੰਦਰ ਮੈਂਬਰਾਂ ਨੂੰ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦਾ ਹੱਕ ਦਿੱਤਾ ਹੈ ਜਿਸ ਤਹਿਤ ਪਾਰਟੀ ਮੈਂਬਰ ਪਾਰਟੀ ਤੋਂ ਵੱਖ ਆਪਣੀ رائے ਰੱਖ ਸਕਦਾ ਹੈ ਦੱਸਣਯੋਗ ਹੈ ਕਿ ਦੋਵਾਂ ਆਗੂਆਂ ਨੇ ਆਪ ਦੇ ਕਨਵੀਨਰ ਤੇ ਦਿੱਲੀ ਕੈਂਪ ਨਾਲੋਂ ਵੱਖ رائے ਤੇ મત ਭੇਦ ਹੋਣ ਕਾਰਨ ਹੀ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ ਯੋਗਿੰਦਰ ਯਾਦਵ ਨੇ ਟਿਕਟ ਵੰਡ ਵਿੱਚ ਤੇ ਟਿਕਟ ਫੰਡ ਵਿੱਚ ਪਾਰਟੀ ਦੇ ਵਰਕਰਾਂ ਦੀ رائے ਤੇ ਰਾਜ ਇਕਾਈਆਂ ਨੂੰ ਵਧੇਰੇ ਅਧਿਕਾਰ ਜਈਆਂ ਪਹਿਲ ਕਦਮੀਆਂ ਨੂੰ ਪਾਰਟੀ ਦੀ ਵਿਸ਼ੇਸ਼ਤਾ ਘਰਾਰ ਦਿੱਤਾ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆਂ ਦੋਸਤੋ ਅਸੀਂ ਇਹ ਗੱਲ ਕਹਾਂਗੇ ਬੇਸ਼ੱਕ ਕੋਈ ਵੀ ਸਿਆਸੀ ਪਾਰਟੀ ਹੋਵੇ ਜੇਕਰ ਉਹ ਆਪਣੇ ਆਉਦੇਦਾਰਾਂ ਆਪਣੇ ਮੈਂਬਰਾਂ ਆਪਣੇ ਸਪੋਰਟਰਾਂ ਆਪਣੇ ਵਲੰਟੀਅਰਾਂ ਦੀ ਰਾਏ ਨੂੰ ਮੰਨੇ ਤਾਂ ਮੇਰਾ ਖਿਆਲ ਹੈ ਕਿ ਭਵਿੱਖ ਦੇ ਵਿੱਚ ਕਦੇ ਵੀ ਪਾਰਟੀਆਂ ਦੇ ਵਿੱਚ ਤਰੇੜ ਨਹੀਂ ਆ ਸਕਦੀ ਰੌਲਾ ਉੱਥੇ ਪੈਂਦਾ ਜਦੋਂ ਅਸੀਂ ਇਹ ਗੱਲ ਕਹਿੰਦੇ ਆ ਕਿ ਜੋ ਅਸੀਂ ਕਹਿ ਦਿੱਤਾ ਸਿਰਫ ਤੇ ਸਿਰਫ ਉਹੀ ਠੀਕ ਹੈ ਇਹ ਹੀ ਕੁਝ ਆਮ ਆਦਮੀ ਪਾਰਟੀ ਵਿੱਚ ਚੱਲਦਾ ਹੈ ਇਹੀ ਕੁਝ ਕਾਂਗਰਸ ਵਿੱਚ ਚੱਲਦਾ ਹੈ ਇਹੀ ਕੁਝ ਅਕਾਲੀ ਦਲ ਵਿੱਚ ਚੱਲਦਾ ਹੈ ਤੇ ਇਹੀ ਕੁਝ ਭਾਜਪਾ ਸਮੇਤ ਹੋਰ ਵੱਡੀਆਂ ਛੋਟੀਆਂ ਪਾਰਟੀਆਂ ਦੇ ਵਿੱਚ ਪਰ ਜੇਕਰ ਸਵਰਾਜ ਇੰਡੀਆ ਪਾਰਟੀ ਕਹੇ ਮੁਤਾਬਕ ਜੋ ਕਿ ਇਹਨਾਂ ਨੇ ਅੱਜ ਸਿਰਫ ਗੱਲ ਕਹੀ ਹੈ ਭਵਿੱਖ ਦੇ ਵਿੱਚ ਆਪਣੇ ਵਲੰਟੀਅਰਾਂ ਦੀ ਵੱਖਰੀ ਸੋਚ ਨੂੰ ਵੀ ਪ੍ਰਵਾਨ ਕਰੇਗੀ ਭਵਿੱਖ ਦੇ ਵਿੱਚ ਇਸ ਗੱਲ ਨੂੰ ਵੀ ਕਬੂਲ ਕਰੇਗੀ ਕਿ ਹਾਂ ਜ਼ਰੂਰੀ ਨਹੀਂ ਕਿ ਜਿਹੜਾ ਫੈਸਲਾ ਅਸੀਂ ਕੀਤਾ ਉਹੀ ਸਹੀ ਹੋਵੇਗਾ ਹੋ ਸਕਦਾ ਕਿਸੇ ਆਮ ਵਰਕਰ ਦਾ ਫੈਸਲਾ ਵੀ ਸਹੀ ਹੋਵੇ ਕਿਸੇ ਸਾਡੇ ਆਮ ਹੋਰ ਅਹੁਦੇਦਾਰ ਦਾ ਫੈਸਲਾ ਵੀ ਸਹੀ ਹੋਵੇ ਕਿਉਂਕਿ ਜਦੋਂ ਅਸੀਂ ਕੋਈ ਪਾਰਟੀ ਬਣਾਉਨੇ ਆ ਤਾਂ ਸਾਰਿਆਂ ਦੇ ਸਿਰਾਂ ਦੀ ਲੋੜ ਹੁੰਦੀ ਹੈ ਸਿਰਫ 2 4 5 ਸਿਰ ਵਰਤ ਕੇ ਬਾਕੀ ਭੀੜ ਨੂੰ ਮਗਰ ਲਾਉਣ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਸਭ ਨੂੰ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਤੇ ਰੱਖੇ ਗਏ ਵਿਚਾਰਾਂ ਦੇ ਉੱਤੇ ਵਿਚਾਰ ਵੀ ਹੋਣਾ ਚਾਹੀਦਾ ਹੈ ਜੇਕਰ ਉਹ ਵਿਚਾਰ ਅਮਲ ਕਰਨ ਦੇ ਲਾਇਕ ਹੋਣ ਤਾਂ ਕਦੇ-ਕਦੇ ਭਾਰਤ ਦੀ ਗਰੀਬੀ ਦੇ ਬਾਬਤ ਸੋਚਦਿਆਂ ਤੇ ਅਮੀਰੀ ਗਰੀਬੀ ਦਰਮਿਆਨ ਵਧੇ ਖੋਏ ਪਾੜੇ ਨੂੰ ਮਹਿਸੂਸ ਕਰ ਲਿਆ। ਇੱਕ ਸ਼ੇਰ ਦੀਆਂ 17 ਚੀਤੇ ਆਉਣ ਲੱਗ ਜਾਂਦੀਆਂ ਨੇ ਕਿ ਭੁੱਖੇ ਲੋਕਾਂ ਰੱਜ ਕੇ ਸਦਕੇ ਨਿਭਾਏ ਨੇ ਤੇ ਰੱਜੇ ਲੋਕਾਂ ਰੱਜ ਕੇ ਭੁੱਖ ਖਿਲਾਰੀ ਆ। ਵਿਸ਼ਵ ਬੈਂਕ ਦੇ ਵੱਲੋਂ 2013 ਵਰੇ ਦਾ ਇੱਕ ਅੰਕੜਾ ਪੇਸ਼ ਕੀਤਾ ਗਿਆ। ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਦੁਨੀਆ ਭਰ ਦੇ ਸਾਰੇ ਦੇਸ਼ਾਂ ਨਾਲੋਂ ਵੱਧ ਗੁਰਬਤ ਭਾਰਤ ਦੇ ਵਿੱਚ ਹੈ। ਇਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਭਾਰਤ ਗਰੀਬੀ ਰੇਖਾ ਤੋਂ ਛੇਠਾ ਰਹਿਣ ਵਾਲੇ ਲੋਕਾਂ ਦਾ ਇੱਕ ਇਹੋ ਜਿਹਾ ਦੇਸ਼ ਬਣ ਚੁੱਕਿਆ ਹੈ ਜਿਸ ਨੂੰ ਬਾਹਰ ਕੱਢਣ ਦੇ ਲਈ ਬੜੀ ਵੱਡੀ ਜ਼ਰੂਰਤ ਹੈ ਪਰ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਹਿੰਦੇ ਨੇ ਗਰੀਬੀ ਸਾਡੇ ਦੇਸ਼ ਵਿੱਚ ਹੈ ਹੀ ਨਹੀਂ ਜੇਕਰ ਕੋਈ ਰੋਜ਼ਗਾਰ ਮੰਗਦਾ ਰੋਟੀ ਮੰਗਦਾ ਤਾਇ ਕਹਿ ਦਿੰਦੇ ਤੁਹਾਨੂੰ ਡਿਜੀਟਲ ਇੰਡੀਆ ਬਣਾ ਦਿੰਦੇ ਆ ਹੁਣ ਗੂਗਲ ਦੇ ਉਤੋਂ ਡਾਊਨਲੋਡ ਨਹੀਂ ਹੁੰਦੀਆਂ ਰੋਟੀਆਂ ਨਾ ਹੀ ਗੂਗਲ ਦੇ ਉਤੋਂ ਡਾਊਨਲੋਡ ਹੁੰਦਾ ਰੋਜ਼ਗਾਰ ਰਿਕਸ਼ਾ ਚਲਾਉਣ ਵਾਲਿਆਂ ਨੂੰ ਮਜ਼ਦੂਰੀ ਕਰਨ ਵਾਲਿਆਂ ਨੂੰ ਜਮਾਦਾਰਾਂ ਨੂੰ ਦਿਹਾੜੀ ਦੱਪੇ ਵਾਲੇ ਲੋਕਾਂ ਨੂੰ ਰੋਟੀ ਦੀ ਸਿਹਤ ਸਹੂਲਤਾਂ ਦੀ ਤੇ ਬੱਚਿਆਂ ਨੂੰ ਪੜਾਉਣ ਵਾਸਤੇ ਸਿੱਖਿਆ ਦੀ ਲੋੜ ਹੈ। ਕੁਲੀ ਗੁੱਲੀ ਤੇ ਜੁੱਲੀ ਦੀ ਸਮੱਸਿਆ ਦੇ ਨਾਲ ਸਾਡਾ ਭਾਰਤ ਅੱਜ ਵੀ ਜੂਝ ਰਿਹਾ ਹੈ ਤੇ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਸਾਂਝਾ ਕਰਨਾ ਬਣਦਾ ਹੈ ਜਿਦੇ ਵਿੱਚ ਦੱਸਿਆ ਗਿਆ ਕਿ ਭਾਰਤ ਕਿਹੜੀ ਥਾਂ ਦੇ ਉੱਤੇ ਖੜਾ ਹੈ ਗਰੀਬੀ ਰੇਖਾ ਦੇ ਮਾਮਲੇ ਵਿੱਚ। ਵਿਸ਼ਵ ਬੈਂਕ ਨੇ ਆਪਣੀ ਨਵੀਂ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਵਿੱਚ ਸਭ ਤੋਂ ਵੱਧ ਲੋਕ 2013 ਵਿੱਚ ਤੈਅ ਕੀਤੀ ਅੰਤਰਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਨੇ ਤੇ ਇਸ ਦੀ 30% ਦੀ ਆਬਾਦੀ 1.90 ਡਾਲਰ ਪ੍ਰਤੀ ਦਿਨ ਤੋਂ ਵੀ ਘੱਟ ਪੈਸਿਆਂ ਨਾਲ ਗੁਜ਼ਾਰਾ ਕਰ ਰਹੀ ਹੈ ਵਿਸ਼ਵ ਸੰਗਠਨ ਨੇ ਆਪਣੀ ਰਿਪੋਰਟ ਪਾਵਰਟੀ ਐਂਡ ਸ਼ੇਅਰਡ ਪ੍ਰੋਸਪਰਿਟੀ ਦੇ ਆਰੰਭਿਕ ਐਡੀਸ਼ਨ ਵਿੱਚ ਕਿਹਾ ਕਿ ਵਿਸ਼ਵ ਭਰ ਵਿੱਚ ਗਰੀਬ ਆਬਾਦੀ ਵਿੱਚ ਹਰ ਤੀਜਾ ਵਿਅਕਤੀ ਭਾਰਤੀ ਹੈ ਇਹ ਵੀ ਕਿਹਾ ਕਿ ਵਿਸ਼ਵ ਵਿੱਚ ਆਰਥਿਕ ਮੰਦੀ ਦੇ باوجود ਗਰੀਬਾਂ ਦੀ ਗਿਣਤੀ ਘਟੀ ਹੈ ਰਿਪੋਰਟ ਮੁਤਾਬਕ ਨਾਈਜੀਰੀਆ ਵਿੱਚ 8 ਕਰੋੜ 60 ਲੱਖ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹੇ ਰਹੇ ਨੇ ਜੋ ਕਿ ਵਿਸ਼ਵ ਵਿੱਚ ਗਰੀਬਾਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਹੈ ਇਸ ਰਿਪੋਰਟ ਮੁਤਾਬਕ 2013 ਵਿੱਚ 80 ਕਰੋੜ ਲੋਕ 1.90 ਡਾਲਰ ਪ੍ਰਤੀ ਦਿਨ ਤੋਂ ਵੀ ਘੱਟ ਪੈਸਿਆਂ ਤੇ ਜੀਵਨ ਬਸਰ ਕਰ ਰਹੇ ਸਨ ਜੋ ਕਿ 2012 ਦੀ ਗਿਣਤੀ ਤੋਂ 10 ਕਰੋੜ ਘੱਟ ਸੀ ਗਰੀਬੀ ਖਾਤਮੇ ਵਿੱਚ ਪ੍ਰਗਤੀ ਪੂਰਬੀ ਏਸ਼ੀਆ ਦੇ ਪ੍ਰਸ਼ਾਂਤ ਖਾਸ ਕਰ ਚੀਨ ਇੰਡੋਨੇਸ਼ੀਆ ਤੇ ਭਾਰਤ ਦੇ ਵਿੱਚ ਹੋਈ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਅਸੀਂ ਇਹ ਗੱਲ ਕਹਾਂਗੇ ਭਾਰਤ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਸਰਕਾਰਾਂ ਬਦਲ ਜਾਂਦੀਆਂ ਨੇ ਪਾਰਟੀਆਂ ਦੇ ਰੰਗ ਬਦਲ ਜਾਂਦੇ ਨੇ ਪ੍ਰਧਾਨ ਮੰਤਰੀ ਬਦਲ ਜਾਂਦੇ ਨੇ ਮੰਤਰੀ ਮੰਡਲ ਬਦਲ ਜਾਂਦੇ ਨੇ ਪਰ ਵੋਟਾਂ ਪਾਉਣ ਵਾਲੇ ਲੋਕਾਂ ਦੀ ਇਮੇਜ ਕਦੇ ਨਹੀਂ ਬਦਲਦੀ ਉਹਨਾਂ ਦਾ ਅਕਸ ਕਦੇ ਨਹੀਂ ਬਦਲਦਾ ਉਹਨਾਂ ਦੀ ਸਥਿਤੀ ਨੂੰ ਕਦੇ ਵੀ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਇਹ ਉਹ ਲੋਕ ਹੁੰਦੇ ਨੇ ਜਿਹੜੇ ਜਾਣਦੇ ਨੇ ਕਿ ਸਿਰਫ ਵੋਟਾਂ ਪਾਉਣ ਦੇ ਲਈ ਹੀ ਸਾਡੇ ਤੱਕ ਪਹੁੰਚ ਕੀਤੀ ਜਾਂਦੀ ਹੈ ਚਾਹੀਦਾ ਇਸ ਵਕਤ ਇਹ ਹੈ ਕਿ ਸੁਪਨਿਆਂ ਦਾ ਕਾਰੋਬਾਰ ਨਾ ਕੀਤਾ ਜਾਵੇ ਕੱਲੇ ਸਬਜ਼ ਬਾਗ ਨਾ ਦਿਖਾਏ ਜਾਣ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਿਆ ਜਾਵੇ ਤੇ ਇਹ ਜੀਵਨ ਪੱਧਰ ਸੁਧਾਰਨ ਦੀਆਂ ਗੱਲਾਂ ਸਿਰਫ ਮਨਕੀ ਬਾਤ ਵਿੱਚ ਨਹੀਂ ਹੋ ਸਕਦੀਆਂ ਨਾ ਹੀ ਇਹ ਗੱਲਾਂ ਟੀਵੀ ਚੈਨਲਾਂ ਦੇ ਉੱਤੇ ਅਖਬਾਰਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਦੇ ਵਿੱਚ ਭਾਸ਼ਣ ਝੜਨ ਨਾਲ ਹੋ ਸਕਦੀਆਂ ਨਹੀਂ ਗਰੀਬੀ ਰੇਖਾ ਤੱਕ ਪਹੁੰਚਣ ਦੇ ਲਈ ਗਰੀਬਾਂ ਦੀ ਅਸਲ ਸਥਿਤੀ ਨੂੰ ਜਾਨਣਾ ਪਵੇਗਾ ਤੇ ਦੁੱਖ ਦੀ ਗੱਲ ਇਹ ਆ ਕਿ ਭਾਰਤ ਦੇ ਲੀਡਰ ਜਾਣਦੇ ਤਾਂ ਹਨ ਇਸ ਸਥਿਤੀ ਦੇ ਬਾਬਤ ਪਰ ਅਮਲ ਸਿਰਫ ਕਰਦੇ ਨੇ 4.5 ਸਾਲਾਂ ਬਾਅਦ ਜਦੋਂ ਵੋਟਾਂ ਦੇ ਵਿੱਚ ਬਾਕੀ ਰਹਿ ਜਾਂਦੇ ਨੇ ਸਿਰਫ ਤੇ ਸਿਰਫ 6 ਮਹੀਨੇ ਖਬਰਾਂ ਦੇ ਉੱਤੇ ਵਿਚਾਰ ਚਰਚਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਪਹਿਲਾਂ ਲੈਣ ਇੱਕ ਛੋਟੀ ਜਿਹੀ ਬ੍ਰੇਕ। ਆ ਵੀ ਹਾਜ਼ਰ ਹੈ। ਜੰਚ ਦਾ ਵੀ ਚਾਹ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਕੁਝ ਹੋਰ ਖਬਰਾਂ ਦੇ ਵਾਲੇ ਟਿੱਪੜੀਆਂ ਕਰਦੇ ਆਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਵਿੱਚ ਵਸਣ ਵਾਲੇ ਲੋਕ ਵੱਡੀਆਂ ਮੁਸ਼ਕਲਾਂ ਦੇ ਨਾਲ ਮੱਥਾ ਲਾਈ ਬੈਠੇ ਨੇ ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਇਨ੍ਹਾਂ ਲੋਕਾਂ ਦੇ ਰਹਿਣ ਦੇ ਲਈ ਖਾਣ ਪੀਣ ਦੇ ਲਈ ਪਸ਼ੂਆਂ ਦੇ ਚਾਰੇ ਦੇ ਲਈ ਕੈਂਪ ਬਣਾ ਕੇ ਦਿੱਤੇ ਗਏ ਨੇ ਪਰ ਅਸੀਂ ਇਸ ਗੱਲ ਦਾ ਅਹਿਸਾਸ ਕਰ ਸਕਦੇ ਹਾਂ ਤੁਸੀਂ ਵੀ ਇਸ ਗੱਲ ਦਾ ਅਹਿਸਾਸ ਕਰ ਸਕਦੇ ਹਾਂ ਕਿ ਆਪਣਾ ਘਰ ਛੱਡ ਕੇ ਆਉਣਾ ਕਿੰਨਾ ਮੁਸ਼ਕਲ ਹੁੰਦਾ ਹੈ ਜੇਕਰ ਸਾਨੂੰ ਤੁਹਾਨੂੰ ਇਹ ਗੱਲ ਕਹਿ ਦਿੱਤੀ ਜਾਵੇ ਕਿ 3 4 5 ਘੰਟੇ ਦੇ ਵਿੱਚ ਆਪਣਾ ਜੁੱਲੀ ਬਿਸਤਰਾ ਚੱਕੋ ਤੇ ਕਿਸੇ ਹੋਰ ਥਾਂ ਦੇ ਉੱਤੇ ਚਲੇ ਜਾਵੋ ਤਾਂ ਮਨ ਦੇ ਉੱਤੇ ਕੀ ਬੀਤਰੀ ਹੋਵੇਗੀ ਇਹਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਇਹ ਲੋਕ ਜੋ ਸਰਹੱਦੀ ਖੇਤਰਾਂ ਦੇ ਨੇ ਇਹ ਕੋਈ ਪਹਿਲੀ ਵਾਰ ਜੰਗ ਤੋਂ ਪਹਿਲਾਂ ਨਹੀਂ ਆਪਣੇ ਘਰੋਂ ਉਜੜੇ ਸਗੋਂ 1965 ਤੇ 1971 ਦੀ ਜੰਗ ਦੇ ਮੌਕੇ ਵੀ ਇਹਨਾਂ ਨੂੰ ਇਹੋ ਜਿਹੇ ਮੁਸ਼ਕਲ ਹਾਲਾਤ ਦੇ ਨਾਲ ਮੱਥਾ ਲਾਉਣਾ ਪਿਆ ਸੀ ਹੁਣ ਸਾਡੀ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀ ਵਿਰੋਧੀ ਪਾਰਟੀਆਂ ਦੇ ਆਗੂ ਲਗਾਤਾਰ ਕੈਂਪਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਮਿਲਣ ਦੇ ਲਈ ਜਾ ਰਹੇ ਨੇ ਇਹ ਰਾਜਨੀਤੀ ਤੋਂ ਪ੍ਰੇਰਿਤ ਇੱਕ ਗੱਲ ਹੈ ਇਹ ਕੋਈ ਵੱਡੀ ਗੱਲ ਨਹੀਂ ਹੈ ਇਹ ਕੋਈ ਅਨੋਖੀ ਗੱਲ ਨਹੀਂ ਹੈ ਜੇਕਰ ਵੋਟਾਂ ਸਿਰ ਦੇ ਉੱਤੇ ਨਾ ਹੋਣ ਤਾਂ ਇਹ ਲੀਡਰਾਂ ਦੀ ਗਿਣਤੀ ਇੰਨੀ ਵੱਡੀ ਨਹੀਂ ਸੀ ਹੋਣੀ ਲੋਕਾਂ ਤੱਕ ਪਹੁੰਚਣ ਵਾਲਿਆਂ ਦੀ ਤੇ ਜੇਕਰ ਵੋਟਾਂ ਦੇ ਵਿੱਚ ਹਾਲੇ ਸਮਾਂ ਪਿਆ ਹੁੰਦਾ ਤਾਂ ਸ਼ਾਇਦ ਇਹ ਗੱਲ ਕਹੀ ਜਾਂਦੀ ਕਿ ਸਾਡੀ ਕਿਸਮਤ ਦੇ ਵਿੱਚ ਹੀ ਇਹ ਗੱਲ ਲਿਖੀ ਹੋਈ ਹੈ ਮੈਨੂੰ ਅੱਜ ਇੱਕ ਮਹਾਨ ਸ਼ਾਇਰ ਦਾ ਸ਼ੇਰ ਚਿੱਤੇ ਆ ਰਿਹਾ ਹੈ ਕਿ ਸਰਹੱਦ 'ਤੇ ਕਹੀਂ ਤਣਾਅ ਸਾ ਹੈ ਲੱਗਦਾ ਹੈ ਕਹੀਂ ਚੋਣਾਂ ਸਾ ਹੈ ਇਹ ਸ਼ੇਰ ਬੜਾ ਕੁਝ ਬਿਆਨ ਕਰਦਾ ਹੈ ਕਿ ਚੋਣਾਂ ਦੇ ਦਿਨਾਂ ਦੇ ਵਿੱਚ ਇਹੋ ਜਿਹਾ ਤਣਾਅ ਜਦੋਂ ਪੈਦਾ ਹੁੰਦਾ ਤਾਂ ਉਹਦੇ ਸਵਾਲ ਕਈ ਖੜੇ ਹੁੰਦੇ ਨੇ ਅਰਥ ਉਹਦੇ ਕਈ ਨਿਕਲਦੇ ਨੇ ਪਰ ਇੱਕ ਹੈਰਾਨੀ ਵਾਲੀ ਗੱਲ ਇਹ ਹੈ ਕਿ ਬੇਸ਼ੱਕ ਸਰਹੱਦੀ ਖੇਤਰ ਨੂੰ ਖਾਲੀ ਕਰਵਾ ਲਿਆ ਗਿਆ ਪਰ ਸਰਹੱਦੀ ਖੇਤਰ ਦੀਆਂ ਚੌਕੀਆਂ ਦੇ ਉੱਤੇ ਕੋਈ ਖਾਸ ਸਿਕਿਉਰਿਟੀ ਟਾਈਟ ਨਹੀਂ ਕੀਤੀ ਗਈ ਤੇ ਇਹ ਖਬਰ ਹੈ ਜਿਹੜੀ ਇਹ ਬੜਾ ਕੁਝ ਬਿਆਨ ਕਰਦੀ ਹੈ ਜਿਸ ਦਾ ਵੇਰਵਾ ਇਸ ਤਰੀਕੇ ਨਾਲ ਕਿ ਬੇਸ਼ੱਕ ਸਰਕਾਰ ਵੱਲੋਂ ਦੇਸ਼ ਦੇ ਪੰਜਾਬ ਅੰਦਰ ਹਾਈ ਅਲਰਟ ਜਾਰੀ ਕਰਕੇ ਸਰਹੱਦੀ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਇਲਾਵਾ ਸੁਰੱਖਿਆ ਬਲਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਨੇ ਪਰ ਇਸ ਆਪਰੇਸ਼ਨ ਦੇ 3 ਦਿਨਾਂ ਬਾਅਦ ਨਾ ਤਾਂ ਭਾਰਤ-ਪਾਕਿਸਤਾਨ ਸਰਹੱਦ ਉੱਤੇ ਭਾਰਤੀ ਫੌਜ ਦੀ ਕੋਈ ਵੱਡੀ ਸਰਗਰਮੀ ਨਜ਼ਰ ਆ ਰਹੀ ਹੈ ਤੇ ਨਾ ਹੀ ਬੀਐਸਐਫ ਵੱਲੋਂ ਜੰਗ ਦੀ ਸਥਿਤੀ ਨਾਲ ਸੰਬੰਧਿਤ ਕੋਈ ਖਿਲਜੁਲ ਦਿਖਾਈ ਦੇ ਰਹੀ ਹੈ ਪਰ ਸਰਹੱਦੀ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਸਕੂਲਾਂ ਦੀਆਂ ਛੁੱਟੀਆਂ ਵਧਾਉਣ ਤੇ ਪੰਜਾਬ ਨੂੰ ਹਾਈ ਅਲਰਟ ਤੇ ਰੱਖਣ ਲਈ ਜਾਰੀ ਹੁਕਮਾਂ ਦੀ ਮਿਆਦ ਵਿੱਚ ਹੋਰ ਵਾਧਾ ਕਰ ਦਿੱਤਾ ਗਿਆ ਹੈ ਜ਼ਿਲ੍ਹਾ ਗੁਰਦਾਸਪੁਰ ਅੰਦਰ ਅੰਤਰਰਾਸ਼ਟਰੀ ਸਰਹੱਦ ਵਾਲੇ ਪਾਸੇ ਤੋਂ ਆਉਣ ਵਾਲੀਆਂ ਵੱਖ-ਵੱਖ ਸੜਕਾਂ ਦਾ ਦੌਰਾ ਕਰਨ ਤੇ ਦੇਖਣ ਵਿੱਚ ਆਇਆ ਕਿ ਹਰਦੌਸ਼ਨੀ ਦੋਸਤਪੁਰ ਬਾਰਡਰ ਵਾਲੀ ਸਾਈਡ ਤੋਂ ਗੁਰਦਾਸਪੁਰ ਤੱਕ ਕਿਤੇ ਵੀ ਕੋਈ ਚੈੱਕ ਪੋਸਟ ਜਾਂ ਪੁਲਿਸ ਕਰਮਚਾਰੀ ਨਹੀਂ ਸੀ ਇਸੇ ਤਰ੍ਹਾਂ ਠਾਕੁਰਪੁਰ ਬਾਰਡਰ ਵਾਲੇ ਪਾਸੇ ਤੋਂ ਗਲੜੀ ਵੱਲ ਨੂੰ ਆਉਣ ਵਾਲੀ ਸੜਕ ਵੀ ਸੁੰਨੀ ਦਿਖਾਈ ਦਿੱਤੀ ਜਿੱਥੇ ਗਲੜੀ ਵਾਲੇ ਟੀ ਪੁਆਇੰਟ ਉੱਤੇ ਲੱਗੇ ਨਾਕੇ ਉੱਪਰ ਵੀ ਕੋਈ ਮੁਲਾਜ਼ਮ ਮੌਜੂਦ ਨਹੀਂ ਸੀ ਸਰਹੱਦ ਤੋਂ ਆਉਣ ਵਾਲੀਆਂ ਹੋਰ ਵੱਖ-ਵੱਖ ਲਿੰਕ ਸੜਕਾਂ ਉੱਤੇ ਵੀ ਪੁਲਿਸ ਮੁਲਾਜ਼ਮ ਨਜ਼ਰ ਨਹੀਂ ਆਏ ਬਹਿਰਾਮਪੁਰ ਵਿਖੇ ਚੌਂਕ ਵਿੱਚ ਸਥਿਤ ਪੁਲਿਸ ਨਾਕੇ ਦੇ ਇਲਾਵਾ ਦੀਨਾਨਗਰ ਸ਼ਹਿਰ ਦੇ ਬਾਹਰ ਬਣੀਆਂ ਪੋਸਟਾਂ ਉੱਤੇ ਬੇਸ਼ਕ ਤਿੰਨ ਚਾਰ ਮੁਲਾਜ਼ਮ ਦਿਖਾਈ ਦਿੱਤੇ ਪਰ ਖੁੱਲੇ ਅਸਮਾਨ ਹੇਠ ਕੱਚੇ ਮੋਰਚਿਆਂ ਦੇ ਆਸਰੇ ਖੜੇ ਇਹਨਾਂ ਮੁਲਾਜ਼ਮਾਂ ਕੋਲ ਵੀ ਪੁਰਾਣੀ ਕਿਸਮ ਦੇ ਹਥਿਆਰ ਹੀ ਨਜ਼ਰ ਆ ਰਹੇ ਸਨ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆਂ ਦੋਸਤੋ ਅਸੀਂ ਇਹ ਗੱਲ ਕਹਾਂਗੇ ਕਿ ਜਿਹੜੀ ਖਬਰ ਤੁਹਾਨੂੰ ਪੜ ਕੇ ਸੁਣਾਈ ਗਈ ਹੈ ਜਿਸ ਵਿੱਚ ਦੱਸਿਆ ਗਿਆ ਕਿ ਕਿਤੇ ਵੀ ਸਿਕਿਉਰਿਟੀ ਨਹੀਂ ਕਿਤੇ ਵੀ ਪੋਸਟ ਨਹੀਂ ਬਣਾਈ ਗਈ ਕਿਤੇ ਵੀ ਸੁਰੱਖਿਆ ਦਾ ਕੋਈ ਬਹੁਤਾ ਵੱਡਾ ਇੰਤਜ਼ਾਮ ਨਹੀਂ ਕੀਤਾ ਗਿਆ ਇਥੋਂ ਪਤਾ ਲੱਗ ਜਾਂਦਾ ਕਿ ਪੰਜਾਬ ਦੀ ਸੁਰੱਖਿਆ ਕਿੰਨੀ ਸ਼ਕਤੀ ਨਾਲ ਕੀਤੀ ਜਾ ਰਹੀ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੱਲ ਅਜਨਾਲਾ ਖੇਤਰ ਦੇ ਪਿੰਡਾਂ ਦੇ ਲੋਕਾਂ ਨੂੰ ਮਿਲਣ ਲਈ ਗਏ ਸਨ ਇਹਨਾਂ ਨੇ ਕਿਹਾ ਕਿ ਸਰਕਾਰ ਸਾਡੀ ਵਚਨਬੱਧ ਹੈ ਤੁਹਾਡੀਆਂ ਮੁਸ਼ਕਲਾਂ ਦੇ ਹੱਲ ਦੇ ਲਈ ਕਾਂਗਰਸ ਦੇ ਕਈ ਆਗੂ ਗਏ ਨਹੀਂ ਆਮ ਆਦਮੀ ਪਾਰਟੀ ਦੇ ਕਈ ਆਗੂ ਗਏ ਨਹੀਂ ਅਰ ਇਨ੍ਹਾਂ ਲੋਕਾਂ ਦੀ ਦਰਦ ਕਹਾਣੀ ਨੂੰ ਮਹਿਸੂਸ ਕਰਨ ਦੀ ਜ਼ਰੂਰਤ ਹੈ ਜਿਹੜੇ ਕੈਂਪਾਂ ਦੇ ਵਿੱਚ ਜ਼ਿੰਦਗੀ ਬਸਰ ਕਰ ਰਹੇ ਨੇ ਇਹ ਹੋ ਸਕਦਾ ਪੰਜ ਦਿਨਾਂ ਬਾਅਦ ਵਾਪਸ ਚਲੇ ਜਾਣ ਹੋ ਸਕਦਾ ਮਹੀਨੇ ਬਾਅਦ ਵਾਪਸ ਜਾਣ ਪਰ ਇਨ੍ਹਾਂ ਦੀਆਂ ਫਸਲਾਂ ਉੱਜੜਨ ਦੀ ਪੂਰੀ ਪੂਰੀ ਸੰਭਾਵਨਾ ਬਣ ਗਈ ਹੈ ਜਿਹੜੇ ਘਰ ਨੇ ਉਹਨਾਂ ਦੇ ਵਿੱਚ ਲੁੱਟ ਖੋਟ ਹੋਣ ਦੀ ਸੰਭਾਵਨਾ ਬਣ ਗਈ ਹੈ ਕਿਉਂਕਿ ਪੈਰ ਪੈਰ ਦੇ ਉੱਤੇ ਇੱਥੇ ਚੋਰ ਟੱਕਰਦੇ ਨੇ ਹਾਲਾਂਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਕੇਂਦਰ ਦੇ ਵੱਲੋਂ ਇਜਾਜ਼ਤ ਦੇ ਦਿੱਤੀ ਗਈ ਹੈ ਕਿ ਸਰਹੱਦੀ ਖੇਤਰਾਂ ਦੇ ਕਿਸਾਨ ਆਪਣੀਆਂ ਫਸਲਾਂ ਵੜ ਲੈਣ ਪਰ ਦਸ਼ਤ ਦੇ ਪਰਛਾਵੇਂ ਦੇ ਵਿੱਚ ਹੀ ਉਹ ਆਪਣੀਆਂ ਫਸਲਾਂ ਵੜਨਗੇ। ਦੋਸਤੋ ਜਿਸ ਦਿਨ ਤੋਂ ਸਰਹੱਦੀ ਖੇਤਰਾں ਦੇ ਲੋਕਾਂ ਨੂੰ ਆਪਣੇ ਘਰ ਛੱਡਣ ਦੇ ਵਾਸਤੇ ਮਜਬੂਰ ਕੀਤਾ ਗਿਆ ਉਸ ਦਿਨ ਤੋਂ ਲੈ ਕੇ ਲਗਾਤਾਰ ਮੀਡਗੇ ਦੇ ਇੱਕ ਹਿੱਸੇ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਗੁਜਰਾਤ ਦਾ ਇੱਕ ਹਿੱਸਾ ਵੀ ਬਾਰਡਰ ਦੇ ਨਾਲ ਲੱਗਦਾ ਹੈ। ਭਾਰਤ ਦੇ ਕਈ ਹੋਰ ਸੂਬੇ ਵੀ ਸਰਹੱਦਾਂ ਦੇ ਨਾਲ ਸਬੰਧਤ ਨੇ। ਪਰ ਉਹਨਾਂ ਸੂਬਿਆਂ ਦੇ ਲੋਕਾਂ ਨੂੰ 10 ਕਿਲੋਮੀਟਰ ਅੰਦਰਲਾ ਘੇਰਾ ਖਾਲੀ ਕਰਨ ਵਾਸਤੇ ਕਿਉਂ ਨਹੀਂ ਕੀਤਾ ਗਿਆ ਕਿਤੇ ਇਹਦੇ ਪਿੱਛੇ ਕਾਰਨ ਇਹ ਤਾਂ ਨਹੀਂ ਕਿ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਇਸ ਕਰਕੇ ਲੋਕਾਂ ਦੇ ਮਨਾਂ ਵਿੱਚ ਭਾਜਪਾ ਦੇ ਵੱਲੋਂ ਇਹ ਗੱਲ ਪੈਦਾ ਕੀਤੀ ਜਾ ਰਹੀ ਹੋਵੇ ਕਿ ਦੇਖੋ ਅਸੀਂ ਕਿੰਨੀ ਬਹਾਦਰੀ ਦਾ ਕੰਮ ਕੀਤਾ ਹੈ ਅਸੀਂ ਜੰਗ ਦੇ ਵਿੱਚ ਵੀ ਕੁੱਦ ਪੈਸਾ ਅਸੀਂ ਤਾਂ ਲੋਕਾਂ ਨੂੰ ਕੀਤੇ ਹੋਏ ਵਾਅਦੇ ਨੂੰ ਜਵਾਬ ਦੇ ਹਾਂ ਅਸੀਂ ਤਾਂ 56 ਇੰਚ ਦੀ ਛਾਤੀ ਦਾ ਇੱਕ ਇਹੋ ਜਿਹਾ ਜਲਵਾ ਪੇਸ਼ ਕਰ ਦਿੱਤਾ ਹੈ ਜਿਹਦੇ ਕਰਕੇ ਤੁਹਾਨੂੰ ਸਾਡੇ ਨਾਲ ਜੁੜਨਾ ਚਾਹੀਦਾ ਤੇ ਸਾਡੇ ਲਈ ਵੋਟਾਂ ਪਾਉਣ ਦਾ ਪ੍ਰਬੰਧ ਰੱਖਣਾ ਚਾਹੀਦਾ ਇਹ ਲੋਕਮੰਡਲ ਦੇ ਵਿੱਚ ਸਵਾਲ ਨੇ ਇੱਕ ਹਿੱਸਾ ਇਹ ਸਵਾਲ ਹਰ ਰੋਜ਼ ਉਠਾਉਂਦਾ ਏ ਕਿ ਕੀ ਸੱਚੀ ਮੁੱਚੀ جنگ ਲੱਗਣ ਦੀ ਸੰਭਾਵਨਾ ਸੀ ਜਾਂ ਹੈ ਜਾਂ ਇਹ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਲੋਕਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਬਾਹਰ ਕੱਢ ਕੇ ਤਾਂ ਜੋ ਹੋਰਾਂ ਮਸਲੇ ਵੱਲ ਧਿਆਨ ਹੀ ਨਾ ਜਾਵੇ ਇਹਦੇ ਲਈ ਮਜਬੂਰ ਕੀਤਾ ਗਿਆ ਤੇ ਇਸ ਖਬਰ ਦੇ ਉੱਤੇ ਟਿੱਪਣੀ ਕਰਨ ਤੋਂ ਪਹਿਲਾਂ ਸੰਖੇਪ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜੋ ਕਿਹਾ ਗਿਆ ਉਹਦਾ ਵੇਰਵਾ ਜ਼ਰੂਰ ਸਾਂਝਾ ਕਰਨਾ ਬਣਦਾ ਹੈ ਜਿਸ ਮੁਤਾਬਕ ਲਿਖਿਆ ਗਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ ਉੱਤੇ ਨਜ਼ਰ ਰੱਖੀ ਬੈਠੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਪੰਜਾਬ ਨਾਲ ਲਗਦੀਆਂ ਸਰਹੱਦਾਂ ਉੱਤੇ ਗੈਰ ਜ਼ਰੂਰੀ ਜੰਗੀ ਮਾਹੌਲ ਤੇ ਪਰੇਸ਼ਾਨੀ ਪੈਦਾ ਕਰ ਰਹੀ ਹੈ ਜਿਸ ਤਹਿਤ ਸਰਜਿਕਲ ਸਟ੍ਰਾਈਕ ਨੂੰ ਅਰੰਗਤ ਦੇ ਕੇ ਸਿਆਸੀ ਭਾਜਪਾ ਸਰਕਾਰ ਤੇ ਅਕਾਲੀ ਦਲ ਰਾਜਨੀਤੀ ਕਰਨ ਵਿੱਚ ਲੱਗੇ ਹੋਏ ਨੇ ਤਾਂ ਜੋ ਦੇਸ਼ ਦੀ ਜਨਤਾ ਉੱਤੇ ਇਸ ਹਮਲੇ ਰਾਹੀਂ ਡਰ ਦਾ ਮਾਹੌਲ ਬਣਾ ਕੇ ਯੂਪੀ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਦਾ ਫਾਇਦਾ ਲਿਆ ਜਾ ਸਕੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆ ਅਸੀਂ ਇਹ ਗੱਲ ਕਹਾਂਗੇ ਜੋ ਗੱਲ ਕੈਪਟਨ ਹੋਰਾਨ ਨੇ ਕਹੀ ਹੈ ਉਹੀ ਗੱਲ ਲੋਕਾਂ ਦੇ ਮਨਾਂ ਵਿੱਚ ਗੂੰਜ ਰਹੀ ਹੈ ਅਸੀਂ ਚਾਹੁੰਦੇ ਹਾਂ ਜੰਗ ਕਦੇ ਵੀ ਨਾ ਲੱਗੇ ਅਸੀਂ ਇਹ ਚਾਹੁੰਦੇ ਹਾਂ ਕਿ ਭਾਰਤ ਤੇ ਪਾਕਿਸਤਾਨ ਦੇ ਵਿਗੜੇ ਹੋਏ ਰਿਸ਼ਤੇ ਸੁਧਰ ਜਾਣ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਦੋਨਾਂ ਦੇਸ਼ਾਂ ਦੇ ਵਿੱਚ ਕਾਰੋਬਾਰੀ ਸਾਂਝ ਵਧੇ ਅਸੀਂ ਇਹ ਚਾਹੁੰਦੇ ਹਾਂ ਕਿ ਸਰਹੱਦਾਂ ਦਾ ਖਾਤਮਾ ਹੋਵੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਪਾਸਪੋਰਟ ਵਾਲੀ ਨੀਤੀ ਸਮਾਪਤ ਹੋ ਜਾਵੇ ਇਧਰੋਂ ਉਧਰ ਤੇ ਉਧਰ ਲਿਆ ਨੂੰ ਇਧਰ ਆਉਣ ਦੇ ਵਿੱਚ ਕਿਸੇ ਕਿਸਮ ਦੇ ਅੜਿੱਕੇ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਦੋਵਾਂ ਦੇਸ਼ਾਂ ਦਾ ਸੱਭਿਆਚਾਰ ਇੱਕ ਹੈ ਸਾਡੀ ਜ਼ੁਬਾਨ ਇੱਕ ਹੈ ਸਾਡੇ ਖੂਨ ਦੀ ਲਾਲੀ ਇੱਕ ਹੈ ਸਾਡੀਆਂ ਖੁਸ਼ੀਆਂ ਚਾ ਮਲਾਰ ਗੁੱਸੇ ਗਿਲੇ ਸ਼ਿਕਵੇ ਸਭ ਇੱਕੋ ਜੈ ਨੇ ਪਰ ਰਾਜਨੀਤੀ ਸਾਡੇ ਹਰ ਮੋੜ ਦੇ ਉੱਤੇ ਹੋ ਰਹੀ ਹੈ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਕਹੀ ਹੋਈ ਗੱਲ ਸਹੀ ਹੈ ਜਿਸ ਨੂੰ ਕਿ ਅਕਾਲੀ ਦਲ ਦੇ ਵੱਲੋਂ ਨਕਾਰ ਦਿੱਤਾ ਗਿਆ ਕਿ ਜੰਗ ਦੇ ਪਰਛਾਵੇਂ ਉੱਤੇ ਕਾਂਗਰਸ ਰਾਜਨੀਤੀ ਨਾ ਕਰੇ ਸੋ ਇਹ ਖਬਰਾਂ ਇਹ ਮਾਮਲੇ ਇਹ ਰਿਪੋਰਟਾਂ ਇਹ ਬਿਆਨ ਕਈ ਤਰ੍ਹਾਂ ਦੀ ਸਵਾਲਤਾ ਜ਼ਰੂਰ ਪੈਦਾ ਕਰ ਹੀ ਰਹੀਆਂ ਨੇ ਖਬਰਾਂ ਦੇ ਉੱਤੇ ਵਿਚਾਰ ਚਰਚਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਸਸ਼ਿਕਰ ਅਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਦਿਲਜਾਨ ਔਰ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਇੱਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਸਿਕੰਦਰ ਸਿੰਘ ਮਲੂਕਾ ਖੁਰਾਡੇ ਵੱਲੋਂ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟ ਕੀਤੀ ਗਈ ਹੈ ਕਿ ਜੋ ਸੇਵਾ ਕੇਂਦਰ ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਨੇ ਉਹਨਾਂ ਦੀ ਉਸਾਰੀ ਦੇ ਵਿੱਚ ਉਹਨਾਂ ਦੇ ਕੰਮਕਾਜ ਦੇ ਵਿੱਚ ਕਿਤੇ ਨਾ ਕਿਤੇ ਕਪੜੇਬਾਜ਼ੀ ਤਾਂ ਜ਼ਰੂਰ ਹੋਈ ਹੈ ਕਰੋੜਾਂ ਰੁਪਏ ਦੀ ਲਗਤ ਦੇ ਨਾਲ ਇਨ੍ਹਾਂ ਸੇਵਾ ਕੇਂਦਰਾਂ ਦੀ ਸਹੂਲਤ ਦੇਣ ਦੀ ਗੱਲ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਸੀ ਤਾਂ ਜੋ ਲੋਕਾਂ ਦੀਆਂ ਖੱਜਲ-ਖੁਆਰੀਆਂ ਸਮਾਪਤ ਹੋਣ ਤੇ ਸਰਕਾਰ ਲੋਕਾਂ ਦੇ ਮਨਾਂ ਵਿੱਚ ਚੰਗੀ ਥਾਂ ਬਣਾਉਣ ਦੇ ਵਿੱਚ ਕਾਮਯਾਬ ਹੋਵੇ ਪਰ ਜਿਵੇਂ ਕਿ ਬਾਕੀ ਖੇਤਰਾਂ ਦੇ ਵਿੱਚ ਬਾਕੀ ਕੰਮਾਂ-ਕਾਜਾਂ ਦੇ ਵਿੱਚ ਸਾਡੇ ਕਪਲੇਬਾਦੀ ਦਿਖਾਈ ਦਿੰਦੀ ਆ ਉਵੇਂ ਕਹਿੰਦੇ ਨੇ ਕਿ ਇਨ੍ਹਾਂ ਸੇਵਾ ਕੇਂਦਰਾਂ ਦੇ ਮਾਮਲੇ ਵਿੱਚ ਵੀ ਹਿਰਾਫਿਰੀਆਂ ਹੋ ਗਈਆਂ ਨੇ ਤੇ ਇਸ ਖਬਰ ਦਾ ਸੰਖੇਪ ਦੇ ਵਿੱਚ ਵੇਰਵਾ ਇਸ ਤਰੀਕੇ ਨਾਲ ਹੈ ਕਿ ਪੰਜਾਬ ਸਰਕਾਰ ਨੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦਾ ਫੈਸਲਾ ਕਰਦੇ ਹੋਏ ਕਰੋੜਾਂ ਰੁਪਏ ਦੇ ਕੇ ਸੇਵਾ ਕੇਂਦਰ ਖੋਲ੍ਹ ਦਿੱਤੇ ਪਰ ਇਹਨਾਂ 'ਚੋਂ ਹਰੇਕ ਸੇਵਾ ਕੇਂਦਰ ਉੱਤੇ 18 ਲੱਖ ਰੁਪਏ ਖਰਚ ਕੀਤੇ ਗਏ ਨੇ ਜਦਕਿ ਇਹਨਾਂ ਉੱਤੇ 8 ਲੱਖ ਤੋਂ ਵੱਧ ਦੀ ਰਕਮ ਖਰਚ ਨਹੀਂ ਕੀਤੀ ਗਈ ਕਿਹਾ ਜਾਵੇ ਕਿ ਇਸ ਵਿੱਚ ਵੱਡੇ ਪੱਧਰ ਉੱਤੇ ਘੁਟਾਲਾ ਹੋਇਆ ਹੈ ਤਾਂ ਗਲਤ ਗੱਲ ਨਹੀਂ ਹੋਵੇਗੀ ਇਸ ਮਾਮਲੇ ਲਈ ਕਾਰਵਾਈ ਵਾਸਤੇ ਛੇਤੀ ਹੀ ਮੁੱਖ ਮੰਤਰੀ ਨੂੰ ਲਿਖਿਆ ਜਾਵੇਗਾ ਇਹਨਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕੀਤਾ ਹੈ ਉਹਨਾਂ ਦੱਸਿਆ ਕਿ ਹੋਰਨਾ ਇਲਾਕਿਆਂ ਵਿੱਚ ਵੀ ਇਹੋ ਜਿਹਾ ਹੋਇਆ ਏ ਪਰ ਉਹਨਾਂ ਦੇ ਹਲਕੇ ਰਾਮਪੁਰਾ ਫੂਲ ਵਿੱਚ ਹੋਏ ਘਟਾਲੇ ਦੀ ਉਹਨਾਂ ਨੇ ਆਵਾਜ਼ ਚੁੱਕਣ ਦਾ ਫੈਸਲਾ ਕਰ ਲਿਆ ਹੈ ਤੇ ਆਉਂਦੇ ਦਿਨਾਂ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖਤੀ ਤੌਰ ਉੱਤੇ ਇਸ ਬਾਰੇ ਜਾਣੂ ਕਰਵਾਇਆ ਜਾਵੇਗਾ। ਉਹਨਾਂ ਪੀਡਬਲ ਡੀ ਦੇ ਇੰਜੀਨੀਅਰਿੰਗ ਵਿੰਗ ਨੂੰ ਵੀ ਲੰਮੇ ਹੱਥੀਂ ਲਿਆ ਤੇ ਕਿਹਾ ਕਿ ਇਸ ਦਾ ਕੋਈ ਵਾਰੀਵਾਰਸ ਨਹੀਂ ਹੈ। ਸਥਿਤੀ ਬਹੁਤ ਭਿਆਨਕ ਹੈ ਤੇ ਘਟਾਲੇ ਦੀਆਂ ਸਾਰੀਆਂ ਪਰਤਾਂ ਖੋਲੀਆਂ ਜਾਣਗੀਆਂ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਅਸੀਂ ਇਹ ਗੱਲ ਕਹਾਂਗੇ ਜਦੋਂ ਕਿਸੇ ਸੂਬੇ ਦੀ ਸਰਕਾਰ ਦਾ ਕੋਈ ਮੰਤਰੀ ਹੀ ਕਹੇ ਕਿ ਸਾਡੇ ਵਿਭਾਗ ਜਾਂ ਸਾਡੀ ਮੰਤਰੀ ਮੰਡਲ ਦੇ ਵੱਲੋਂ ਜਾਂ ਸਾਡੀ ਸਰਕਾਰ ਦੇ ਵੱਲੋਂ ਜੋ ਫਲਾਨੀ ਸੇਵਾ ਸ਼ੁਰੂ ਕੀਤੀ ਗਈ ਸੀ ਉਹਦੇ ਵਿੱਚ ਕਪਟੇਬਾਜ਼ੀ ਹੋਈ ਹੈ ਤਾਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਇੱਥੇ ਤੰਦ ਨਹੀਂ ਸਗੋ ਪੂਰੀ ਦੀ ਪੂਰੀ ਤਾਣੀ ਹੀ ਉਲਝੀ ਪਈ ਹੈ ਮਲੂਕਾ ਸਾਹਿਬ ਨੇ ਕਿਹਾ ਸੀ ਮੁੱਖ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਵਾਂਗੇ ਇਹ ਗੱਲ ਤਾਂ ਹੁਣ ਤੱਕ ਧਿਆਨ ਦੇ ਵਿੱਚ ਆਵੀ ਜਾਣੀ ਚਾਹੀਦੀ ਸੀ ਤੇ ਸਬੰਧਤ ਵਿਅਕਤੀਆਂ ਦੇ ਉੱਤੇ ਐਕਸ਼ਨ ਵੀ ਲਿਆ ਜਾਣਾ ਚਾਹੀਦਾ ਸੀ ਪਰ ਇਹ ਐਕਸ਼ਨ ਕਦੋਂ ਲਿਆ ਜਾਵੇਗਾ ਮੁੱਖ ਮੰਤਰੀ ਸਾਹਿਬ ਦੇ ਕਦੋਂ ਧਿਆਨ ਵਿੱਚ ਲਿਆਂਦਾ ਜਾਵੇਗਾ ਕਿ ਇਸ ਹੀਰਾਫੇਰੀ ਦੀਆਂ ਖਬਰਾਂ ਨੂੰ ਇਸ ਮਾਮਲੇ ਨੂੰ ਵੱਡੇ ਪੱਧਰ ਦੇ ਉੱਤੇ ਉਜਾਗਰ ਆਪਣੀ ਆਪ ਸਰਕਾਰ ਕਰੇਗੀ ਕਿਉਂਕਿ ਵੋਟਾਂ ਸਿਰ ਦੇ ਉੱਤੇ ਨੇ ਵਿਰੋਧੀਆਂ ਨੂੰ ਮੁੱਦਾ ਚੁੱਕਣ ਦਾ ਮੌਕਾ ਵੀ ਮਿਲ ਸਕਦਾ ਹੈ ਇਹ ਗੱਲ ਵਕਤ ਨਾਲ ਜੁੜੀ ਹੋਈ ਹੈ ਪਰ ਜੇਕਰ ਪੰਜਾਬ ਦੇ ਲੋਕਾਂ ਨੂੰ ਅਸਲ ਰੂਪ ਦੇ ਵਿੱਚ ਸਹੂਲਤਾ ਬਿਨਾਂ ਹੀਰਾਫੇਰੀ ਤੋਂ ਮਿਲਦਿਆਂ ਰਹਿਣ ਤਾਂ ਸ਼ਾਇਦ ਲੋਕਾਂ ਦੀ ਜ਼ਿੰਦਗੀ ਦਾ ਪੱਦਰ ਮਾੜਾ ਮੋਟਾ ਉੱਚਾ ਹੋ ਜਾਵੇ ਲੋਕ ਖੱਜਲ ਖੁਆਰੀ ਤੋਂ ਵਕ ਵਕ ਮਾਮਲਿਆਂ ਦੇ ਸੰਦਰਭ ਵਿੱਚ ਬਚ ਸਕਣ। ਦੋਸਤੋ ਪੰਜਾਬ ਦੇ ਵਕ ਵਕ ਹਿੱਸਿਆਂ ਦੇ ਵਿੱਚ ਪਿਛਲੇ ਕੁਝ ਮਹੀਨਾ ਦੌਰਾਨ ਜਿਸ ਤਰੀਕੇ ਦੇ ਨਾਲ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਨੇ ਉਸ ਤੋਂ ਬਾਅਦ ਹਰ ਇੱਕ ਦਾ ਨਾਜ਼ੁਕ ਮਨ ਬਲੁੰਦਿਆ ਤਾਂ ਜ਼ਰੂਰ ਗਿਆ। ਬੇਸ਼ੱਕ ਅਸੀਂ ਸਿੱਖ ਧਰਮ ਨਾਲ ਸਬੰਧਤ ਹੋਈਏ ਮੁਸਲਮ ਧਰਮ ਨਾਲ ਵਾਸਤਾ ਹੋਈਏ ਜਾਂ Hindu ਧਰਮ ਦੀ ਗੱਲ ਮੰਨਦੇ ਹੋਈਏ ਜਾਂ ਅਸੀਂ ਬੁੱਧ ਧਰਮ ਜੈਨ ਧਰਮ ਜਾਂ ਕਿਸੇ ਵੀ ਹੋਰ ਧਰਮ ਨਾਲ ਜੁੜੇ ਹੋਈਏ ਪਰ ਅਸੀਂ ਇਹ ਤਾਂ ਜ਼ਰੂਰ ਚਾਹੁੰਦੇ ਆ ਕਿ ਅਸੀਂ ਉਸ ਧਰਮ ਨੂੰ ਦੂਜੇ ਨੂੰ ਬੇਸ਼ੱਕ ਨਹੀਂ ਮੰਨਦੇ ਪਰ ਉਹ ਵੀ ਸਲਾਮਤ ਰਵੇ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਕਿ ਉਹ ਜਿਹੜਾ ਵੱਖਰਾ ਧਰਮ ਹੈ ਜਿਹਨੂੰ ਅਸੀਂ ਨਹੀਂ ਮੰਨਦੇ ਕਿਸੇ ਕਾਰਨ ਕਰਕੇ ਉਹਦੇ ਗ੍ਰੰਥਾਂ ਦੇ ਵਿੱਚ ਸਾਡੀ ਯਕੀਨ ਆ ਜਿਹੜਾ ਉਹ ਲਗਾਤਾਰ ਬਰਕਰਾਰ ਰਹਿੰਦਾ ਹੈ ਨਿੱਜੀ ਤੌਰ ਦੇ ਉੱਤੇ ਮੈਂ ਮਹਿਸੂਸ ਕਰਦਾ ਕਿ ਭਾਵੇਂ ਕੋਈ ਕਿਸੇ ਵੀ ਧਰਮ ਨਾਲ ਜੁੜਿਆ ਪਰ ਉਹ ਦੂਜੇ ਦੇ ਧਰਮ ਗ੍ਰੰਥ ਨੂੰ ਕਦੇ ਪਾੜਨ ਬਾਬਤ ਕਦੇ ਉਹਦੀ ਬੇਅਦਬੀ ਕਰਨ ਬਾਬਤ ਸੋਚ ਨਹੀਂ ਸਕਦਾ ਕਿਉਂਕਿ ਸਾਨੂੰ ਪਾਪ ਦਾ ਡਰ ਹੁੰਦਾ ਅਸੀਂ ਸੋਚਦੇ ਹਾਂ ਕਿ ਸਾਨੂੰ ਪਾਪ ਲੱਗੇਗਾ ਅਸੀਂ ਤਾਂ ਇਸ ਗੱਲ ਨੂੰ ਮਨ ਦੇ ਵਿੱਚ ਲਿਆਉਣ ਤੋਂ ਵੀ ਡਰਦੇ ਹਾਂ ਕਿਤੇ ਮਹਾਰਾਜ ਸਾਡਾ ਕੋਈ ਨੁਕਸਾਨ ਨਾ ਕਰ ਦੇਵੇ ਪਰ ਉਹ ਲੋਕ ਕੀ ਹੋ ਜਾਈ ਹੋਣਗੇ ਜਿਹੜੇ ਲੋਕ ਬੇਅਦਬੀ ਕਰਦੇ ਨੇ ਬੇਅਦਬੀ ਦੀਆਂ ਜਦੋਂ ਖਬਰਾਂ ਨਸ਼ਰ ਹੁੰਦੀਆਂ ਨੇ ਲੋਕਾਂ ਦੇ ਵਿੱਚ ਰੋਸ ਦਾ ਪ੍ਰਗਟਾਵਾ ਹੁੰਦਾ ਹੈ ਬਾਅਦ ਦੇ ਵਿੱਚ ਕਈ ਥਾਵਾਂ ਤੇ ਦੋਸ਼ੀ ਫੜ ਲਏ ਜਾਂਦੇ ਨੇ ਕਈ ਥਾਵਾਂ ਦੇ ਉੱਤੇ ਨਹੀਂ ਵੀ ਫੜੇ ਜਾਂਦੇ ਲੰਗੇ ਕੱਲ ਯਾਨੀ ਕਿ ਐਤਵਾਰ ਨੂੰ ਆਦਮਪੁਰ ਖੇਤਰ ਦੇ ਵਿੱਚ ਇੱਕ ਵਾਰ ਫਿਰ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਤੇ ਇਸ ਖਬਰ ਦਾ ਵੇਰਵਾ ਇਸ ਤਰੀਕੇ ਨਾਲ ਹੈ ਕਿ ਆਦਮਪੁਰ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕਰਕੇ ਸ਼ਰਾਰਤੀ ਅਨਸਰਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਵੱਡੀ ਗਿਣਤੀ ਵਿੱਚ ਪੁਲਿਸ ਮੌਕੇ ਉੱਤੇ ਪਹੁੰਚੀ ਪਿੰਡ ਖੁਰਦਪੁਰ ਦੀ ਇੱਕ ਕੁੜੀ ਸਵੇਰੇ ਕੁੱਤਾ ਕਮਾਉਣ ਜਾ ਰਹੀ ਸੀ ਜਦ ਉਹ ਵਾਰਡ ਨੰਬਰ 7 ਦੀ ਸਵਾਮੀਆਂ ਵਾਲੀ ਗਲੀ ਕੋਲ ਪਹੁੰਚੀ ਤਾਂ ਉਸਨੇ ਦੇਖਿਆ ਕਿ ਗੁਟਕਾ ਸਾਬ ਦੇ ਪੰਨੇ ਗਲੀ ਵਿੱਚ ਗੰਦੀ ਜਗ੍ਹਾ ਤੇ ਖਿਲਰੇ ਪਏ ਸਨ ਤਾਂ ਉਸਨੇ ਆਪਣੇ ਗਵਾਂਡੀ ਨਿਰੰਕਾਰ ਸਿੰਘ ਖੁਰਦਪੁਰ ਨੂੰ ਕਟਨਾ ਬਾਰੇ ਦੱਸਿਆ ਨਿਰੰਕਾਰ ਸਿੰਘ ਨੇ ਪੁਲਿਸ ਨੂੰ ਸੂਚਿਤ ਕੀਤਾ ਮੌਕੇ ਉੱਤੇ ਮੌਜੂਦ ਸਿੱਖ ਸੰਗਤ ਨੇ ਪੁਲਿਸ ਤੋਂ ਮੰਗ ਕੀਤੀ ਕਿ ਉਹ ਉਦੋਂ ਤੱਕ ਗੁਟਕਾ ਸਾਹਿਬ ਦੇ ਪੰਨੇ ਨਹੀਂ ਚੁੱਕੜ ਦੇਣਗੇ ਜਦ ਤੱਕ ਫਿੰਗਰਪ੍ਰਿੰਟ ਦੀ ਟੀਮ ਆ ਕੇ ਜਾਂਚ ਨਹੀਂ ਕਰ ਲੈਂਦੀ ਸੰਗਤ ਦੇ ਕਹਿਣ ਤੇ ਪੁਲਿਸ ਵੱਲੋਂ ਜਲੰਧਰ ਤੋਂ ਫਿੰਗਰਜ਼ ਪ੍ਰਿੰਟ ਮਾਹਰ ਜਸਵਿੰਦਰ ਕੌਰ ਤੇ ਉਹਨਾਂ ਦੀ ਟੀਮ ਨੂੰ ਬੁਲਾਇਆ ਗਿਆ ਤੇ ਬਾਅਦ ਦੇ ਵਿੱਚ ਘਟਨਾ ਦਾ ਖੁਲਾਸਾ ਵੀ ਹੋ ਗਿਆ ਤੇ ਆਦਮਪੁਰ ਦੇ ਖੁਰਦਪੁਰ ਪਿੰਡ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਪੁਲਿਸ ਨੇ 5 ਘੰਟੇ ਦੇ ਵਿੱਚ ਹੀ ਦੋਸ਼ੀ ਨੂੰ ਗ੍ਰਫਤਾਰ ਵੀ ਕਰ ਲਿਆ ਇਹ ਦਾਵਾ ਕੀਤਾ ਗਿਆ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆ ਅਸੀਂ ਇਹ ਗੱਲ ਕਹਾਂਗੇ ਇਹ ਅਸਲ ਦੇ ਵਿੱਚ ਸ਼ਰਾਰਤੀ ਲੋਕ ਵੀ ਕਹੇ ਜਾ ਸਕਦੇ ਨੇ ਤੇ ਮਾਨਸਿਕ ਰੋਗੀ ਲੋਕ ਵੀ ਕਹੇ ਜਾ ਸਕਦੇ ਨੇ ਪੰਜਾਬ ਦੇ ਵਿੱਚ ਕੁਝ ਕੁ ਲੋਕਾਂ ਨੂੰ ਹੁਣ ਤੱਕ ਮਾਰ ਵੀ ਦਿੱਤਾ ਗਿਆ ਜਿਨ੍ਹਾਂ ਦੇ ਉੱਤੇ ਬੇਅਦਬੀ ਦੇ ਦੋਸ਼ ਲੱਗੇ ਸਨ ਲੁਧਿਆਣੇ ਦੀ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਸੀ ਇੱਕ ਹੋਰ ਵਿਅਕਤੀ ਦਾ ਕਤਲ ਕੀਤਾ ਗਿਆ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੇ ਜੇਲ੍ਹ ਦੇ ਵਿੱਚੋਂ ਜ਼ਮਾਨਤ ਦੇ ਉੱਤੇ ਆਏ ਸਨ ਜਾਂ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਸਨ ਸੋ ਇਹੋ ਜਿਹੀਆਂ ਖਬਰਾਂ ਜਦੋਂ ਆਉਂਦੀਆਂ ਨੇ ਭਾਵੇਂ ਉਹ ਮਰਨ ਮਾਰਨ ਦੇ ਨਾਲ ਸੰਬੰਧਿਤ ਹੋਣ ਭਾਵੇਂ ਗ੍ਰੰਥ ਸਾਹਿਬ ਦੀ ਗੁਟਕਾ ਸਾਹਿਬ ਦੀ ਬੇਅਦਬੀ ਨਾਲ ਜੁੜੀਆਂ ਹੋਣ ਭਾਵੇਂ ਕੁਰਾਨ ਸ਼ਰੀਫ ਦੀ ਬੇਅਦਬੀ ਹੋਵੇ ਤੇ ਭਾਵੇਂ ਭਗਵਤ ਗੀਤਾ ਦੀ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਮੰਨिए ਭਾਵੇਂ ਕਿਸੇ ਨੂੰ ਨਾ ਜਾਂ ਸਾਰਿਆਂ ਨੂੰ ਮੰਨिए ਅਸੀਂ ਚਾਹੁੰਦੇ ਹਾਂ ਕਿ ਧਰਮ ਦੇ ਨਾਂ ਦੇ ਉੱਤੇ ਜੋ ਝੇੜੇ ਭਾਰਤ ਦੇ ਵਿੱਚ ਪਹਿਲਾਂ ਹੀ ਬਹੁਤ ਨੇ ਉਹ ਵਧਨ ਨਾ ਸਗੋ ਮੁਕ ਜਾਣ ਪਰ ਇਹ ਮੁਕਣਗੇ ਤਾਂ ਜੇਕਰ ਅਸੀਂ ਆਪਣੀ ਸੋਚ ਬਦਲਾਂਗੇ ਜੇਕਰ ਅਸੀਂ ਸੋਚ ਬਦਲਾਂਗੇ ਤਾਂ ਸੰਸਾਰ ਆਪਣੇ ਆਪ ਹੀ ਬਦਲ ਜਾਵੇਗਾ ਖਬਰਾਂ ਕੁਝ ਹੋਰ ਵੀ ਸਨ ਪਰ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਪ੍ਰੋਗਰਾਮ ਖਬਰਸਾਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਗਾ ਦੇਓ ਤੁਹਾਡੀ ਬਹੁਤ ਬਹੁਤ ਮਿਹਰਬਾਨੀ